ਜੋ ਆਮ ਆਦਮੀ ਦੇ ਵਿਧਾਇਕ ਹਨ ਮੈਂ ਸਿਰਫ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਜੋ ਅਸਾਮ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਬੰਦ ਕੀਤਾ ਉਹ ਕਿਸ ਨੇ ਕੀਤਾ ਸਾਡੇ ਪਾਰਟੀ ਦੇ ਆਗੂਆਂ ਨੂੰ ਜੋ ਇਹ ਬਦਨਾਮ ਕਰ ਰਹੇ ਹਨ ਕਿ ਜੇ ਉਹ ਨਸ਼ਾ ਜਾਂ ਹੋਰ ਕਰਦੇ ਨੇ ਪਰ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਜੋ ਮਜੀਠੀਆ ਸਾਹਿਬ ਤੋਂ ਅਦਾਲਤ ਦੇ ਵਿੱਚ ਜਾ ਕੇ ਕੇਜਰੀਵਾਲ ਇਹਨਾਂ ਦੇ ਸੁਪਰੀਮ ਨੇ ਮਾਫ਼ੀ ਮੰਗੀ ਉਹ ਕਿਉਂ ਮੰਗੀ ਤੁਸੀਂ ਜੁੜਿਓ ਹਮਦਰਦ ਮੀਡੀਆ ਦੇ ਨਾਲ ਅਤੇ ਮੈਂ ਹਾਂ ਬੇਅੰਤ ਸਿੰਘ ਰੋੜੀਆਂ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ ਅਤੇ ਕੱਲ੍ਹ ਉਹ ਯਾਤਰਾ ਬਿਕਰਮਜੀਤ ਸਿੰਘ ਮਜੀਠੀਆ ਦੀ ਮੌਜੂਦਗੀ ਦੇ ਵਿੱਚ ਹਲਕਾ ਪਾਇਲ ਦੇ ਵਿੱਚ ਆਉਂਦੀ ਹੈ ਅਤੇ ਉੱਥੋਂ ਹੀ ਹਲਕਾ ਵਿਧਾਇਕ ਦੇ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਤੋਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਦੇ ਵੱਲੋਂ ਤਲਖੀ ਭਰੇ ਸ਼ਬਦਾਂ ਦਾ ਉਪਯੋਗ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਦੇ ਉੱਪਰ ਹਮਲੇ ਬੋਲੇ ਜਾਂਦੇ ਨੇ ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦਾ ਕੀ ਕਹਿਣਾ ਆਓ ਜਾਣਦੇ ਹਾਂ ਉਹਨਾਂ ਤੋਂ ਮਦਨੀਪੁਰ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਆਮ ਆਦਮੀ ਦੇ ਵਿਧਾਇਕ ਹਨ ਮੈਂ ਸਿਰਫ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਜੋ ਅਸਾਮ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਬੰਦ ਕੀਤਾ ਉਹ ਕਿਸ ਨੇ ਕੀਤਾ ਇਸ ਦਾ ਜਵਾਬ ਵਿਧਾਇਕ ਦੇ ਦੇਣ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੋ ਸਾਡੇ ਪਾਰਟੀ ਦੇ ਆਗੂਆਂ ਨੂੰ ਜੋ ਇਹ ਬਦਨਾਮ ਕਰ ਰਹੇ ਹਨ ਕਿ ਜੇ ਉਹ ਨਸ਼ਾ ਜਾਂ ਹੋਰ ਕਰਦੇ ਨੇ ਪਰ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਜੋ ਮਜੀਠੀਆ ਸਾਹਿਬ ਤੋਂ ਅਦਾਲਤ ਦੇ ਵਿੱਚ ਜਾ ਕੇ ਕੇਜਰੀਵਾਲ ਇਹਨਾਂ ਦੇ ਸੁਪਰੀਮ ਨੇ ਮਾਫ਼ੀ ਮੰਗੀ ਉਹ ਕਿਉਂ ਮੰਗੀ ਠੀਕ ਇਹ ਮੈਂ ਪੁੱਛਣਾ ਚਾਹੁੰਦਾ ਵਿਧਾਇਕ ਤੋਂ ਕਿ ਉਹ ਇਹਨਾਂ ਦਾ ਜਵਾਬ ਦੇ ਦੇਣ ਅਤੇ ਬਾਕੀ ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਬੇਅਦਬੀ ਦੇ ਮਾਮਲੇ ਵਿੱਚ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਸੀ ਜੋ ਬੇਅਦਬੀ ਇਹਨਾਂ ਦੇ ਝੂਠ ਬੋਲਦੇ ਨੇ ਇਹਨਾਂ ਦੇ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾ ਲਈ ਉਸ ਤੋਂ ਬਾਅਦ ਝੂਠ ਬੋਲ ਕੇ ਉਹਨਾਂ ਚਲ ਕੇ ਮਾਰਦੇ ਨੇ ਜੇ ਉਹਨਾਂ 'ਤੇ ਸਾਡੇ ਆਗੂਆਂ 'ਤੇ ਕੋਈ ਇਹਨਾਂ ਦਾ ਕੋਈ ਦੋਸ਼ ਲੱਗਦਾ ਉਹਨਾਂ ਨੂੰ ਸਬੂਤਾਂ ਦੇ ਆਧਾਰ 'ਤੇ ਉਹਨਾਂ ਨੂੰ ਉਹਨਾਂ 'ਤੇ ਕਾਰਵਾਈ ਕਰਨ ਕਿਤੇ ਨਾ ਕਿਤੇ ਉਹ ਵੀ ਦੇਖ ਲਓ ਤੁਸੀਂ ਵੀ ਜਿਹੜਾ ਬੀਤੇ ਸਮੇਂ ਦੇ ਵਿੱਚ NSA ਲਗਾ ਕੇ ਨੌਜਵਾਨਾਂ ਨੂੰ ਜੋ NSA ਲਗਾ ਕੇ ਇਹਨਾਂ ਨੇ ਨੌਜਵਾਨਾਂ ਨੂੰ ਭੇਜਿਆ ਉਹ ਇਹਨਾਂ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜ਼ਿੰਮੇਵਾਰ ਆ ਉਹ ਉਹਨੂੰ ਦੱਸਣ ਉਹ ਕਿਉਂ ਉਹਨਾਂ ਨੂੰ NSA ਲਾ ਕੇ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਮੈਂ ਹਲਕੇ ਦੇ ਵਿਧਾਇਕ ਨੂੰ ਇਹੀ ਪੁੱਛਣਾ ਚਾਹੁੰਦਾ ਬਈ ਉਹ ਜਦੋਂ ਜੇਲ੍ਹਾਂ ਦੇ ਵਿੱਚ NSA ਲਾ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੰਦ ਕੀਤਾ ਉਹ ਫਿਰ ਜਦ ਬੋਲੇ ਉਹ ਜਦ ਨਾ ਬੋਲੇ ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਕਿ ਇਹ ਉਹੀ ਵਿਧਾਇਕ ਆ ਪਹਿਲਾਂ ਜਦੋਂ ਇਹ ਲੋਕ ਇਨਸਾਫ ਪਾਰਟੀ ਵਿੱਚ ਆਉਂਦਾ ਸੀ ਉਦੋਂ ਇਹਨੂੰ ਆਮ ਆਦਮੀ ਪਾਰਟੀ ਤੋਂ ਬਦਬੋ ਆਉਂਦੀ ਸੀ ਕਿਉਂ ਕਹਿੰਦਾ ਸੀਗਾ ਵੀ ਇਹਨਾਂ ਝਾੜੂਆਂ ਦੇ ਕੋਲ ਕੀ ਆ ਇਹ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਇਹ ਪਾਰਟੀ ਕਿਉਂ ਜਿਉਣ ਕੀਤੀ ਇਹਨੇ ਇਹ ਦੱਸੇ ਇਹ ਰਹੀ ਗੱਲ ਜੋ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੇ ਸਿੱਖੀ ਉਹਦੇ ਸਿਧਾਂਤਾਂ 'ਤੇ ਚੱਲਦੇ ਹਾਂ ਪਰ ਅਸੀਂ ਵੀ ਗੁਰੂ ਸਾਹਿਬ ਦੇ ਸਿੱਖਾਂ ਅਸੀਂ ਪਹਿਲਾਂ ਆਪਣੇ ਪੰਥ ਨੂੰ ਪਹਿਲਾਂ ਰੱਖਿਆ ਉਸ ਤੋਂ ਬਾਅਦ ਸਾਡੇ ਬਾਕੀ ਰਾਜੀ ਜਾਂ ਰਾਸੀ ਜਾਂ ਹੋਰ ਪ੍ਰੋਗਰਾਮ ਤੋਂ ਬਾਅਦ 'ਚ ਨੇ ਪਹਿਲਾਂ ਅਸੀਂ ਸਿੱਖ ਹੋਣ ਦੇ ਨਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਪਾਰਟੀ ਨੂੰ ਅੱਗੇ ਤੋਰਾਂਗੇ ਅਸੀਂ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਹੁਣ ਅਸੀਂ ਕਰੀ ਆ ਪਾਰਟੀ ਨੇ ਬਹੁਤ ਵੱਡੇ ਫੈਸਲੇ ਲਏ ਨੇ ਜੋ ਸਾਰੇ ਲੋਕਾਂ ਨੂੰ ਸਾਰੀ ਸੰਗਤ ਨੂੰ ਪਤਾ ਇਹ ਸਨ ਮਨਜੀਤ ਸਿੰਘ ਮਦਨੀਪੁਰਾ ਜਿਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜੇਕਰ ਇਹਨਾਂ ਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ ਕਿ ਬਿਕਰਮਜੀਤ ਸਿੰਘ ਮਜੀਠੀਆ ਜਾਂ ਸਾਡੇ ਹੋਰ ਆਗੂ ਜਿਹੜੇ ਹਨ ਉਹ ਦੋਸ਼ੀ ਹਨ ਤਾਂ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਤੇ ਨਾ ਕਿਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਇਹਨਾਂ ਵੱਲੋਂ ਇਹ ਗੱਲ ਰੱਖੀ ਗਈ ਕਿ ਜੇਕਰ ਮਜੀਠੀਏ ਦੇ ਉੱਪਰ ਨਸ਼ੇ ਦਾ ਪਰਚਾ ਸੀ ਤਾਂ ਕੇਜਰੀਵਾਲ ਨੇ ਉਹਨਾਂ ਤੋਂ ਮਾਫ਼ੀ ਕਿਉਂ ਮੰਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਸਿਆਸਤ ਕੀ ਰੰਗ ਲੈ ਕੇ ਆਉਂਦੀ ਹੈ ਹਲਕਾ ਪਾਇਲ ਤੋਂ ਬੇਅੰਤ ਸਿੰਘ ਰੋੜੀਆਂ ਹਮਦਰਦ ਮੀਡੀਆ